ਸਵਾਲ ਲਿਆਉਂਦਾ 4999 ਪਰ ਸੂਈ ਖੜੀ ਹੈ ਠੀਕ ਹੈ ਇਹ ਐਕਚੁਅਲੀ ਮੈਂ ਬਈ ਵੀਡੀਓ ਬਣਾਈ ਕੀਤੀ ਹੈ ਠੀਕ ਹੈ ਮਤਲਬ ਕਿ ਸਕਰੀਨ ਰਿਕਾਰਡਿੰਗ ਲਾਈਵ ਦੀ ਫੋਨ ਦੀ ਹੋ ਤਾਂ ਆਪਣੇ ਪਹਿਲਾਂ ਗਏ ਸੀ ਠੀਕ ਹੈ ਸਬਸਕ੍ਰਾਈਬਰ ਬਾਕੀ ਆ ਭੰਨਾ ਚ ਆਪਾਂ ਨੇ ਹਨਾ ਮੈਂ ਦੇਖਿਆ ਕਈ ਯੂਟਿਊਬਰ ਭੰਨੇ ਕਰਦੇ ਆ ਹਨਾ 1 ਸਬਸਕ੍ਰਾਈਬਰ ਦੇ ਭੰਨਦੇ ਆ 100 ਸਬਸਕ੍ਰਾਈਬਰ ਦੇ ਭੰਨਦੇ ਆ ਆਪਾਂ 5000 ਦੇ ਭੰਨੂਗੇ ਠੀਕ ਹੈ ਕਿਉਂਕਿ ਰੱਬ ਦੀ ਕਿਰਪਾ ਦੇ ਨਾਲ ਬਈ ਆਪਣੇ 5000 ਸਬਸਕ੍ਰਾਈਬਰ ਹੋ ਗਏ ਸੋ ਆਪਾਂ ਆਉਂਦੇ ਆ ਠੀਕ ਹੈ ਸੈਟਿੰਗ ਜੀ ਕਰਕੇ ਉਹਦੀ ਕਮਰੇ 'ਚ ਭੰਨਣਾ ਗੰਦ ਪਾਲਣਾ ਕਮਰੇ 'ਚ ਆਪਾਂ ਨੇ ਠੀਕ ਹੈ ਉਰੇ ਝਾੜੂ ਝੂੜੂ ਬਾਅਦ 'ਚੋਂ ਲਾਉਣਾ ਪੈਣਾ ਪਹਿਲਾਂ ਦੇਖ ਲਵਾਂ ਵੀਡੀਓ ਚੱਲਦੀ ਹੈ ਕਿ ਨਹੀਂ ਕਿਤੇ ਬੰਬ ਖਰਾਬ ਹੋ ਜਾਵੇ ਚੱਲਦੀ ਹੈ ਚੱਲਦੀ ਹੈ ਲਓ ਜੀ ਮਿੱਤਰੋ ਕਰਦੇ ਹਾਂ ਤੁਹਾਡੇ ਸਾਰਿਆਂ ਨਾਲ ਸੈਲੀਬ੍ਰੇਟ ਠੀਕ ਹੈ ਬਾਈ ਅੱਜ ਤਾਂ ਇਕੱਲਾ ਸੈਲੀਬ੍ਰੇਟ ਕਰ ਰਿਹਾ ਠੀਕ ਹੈ ਮਤਲਬ ਕਿ ਜਦ 10000 ਹੋ ਗਏ ਫਿਰ ਆਪਾਂ ਰੱਖੋਗੇ ਮੀਟਅਪ ਰੱਖ ਕੇ ਬਾਈ ਸੈਲੀਬ੍ਰੇਟ ਕਰੂੰਗੇ ਠੀਕ ਹੈ ਸਾਰੇ ਜਣੇ ਸੋ ਸਾਰੇ ਜਣੇ 10000 ਸਬਸਕ੍ਰਾਈਬਰ ਮੇਰਾ ਵੀ ਜਲਦੀ ਜਲਦੀ ਕਰਵਾ ਦਿਓ ਫਿਰ ਮੀਟਅਪ ਰੱਖੀਏ ਫਿਰ ਸੈਲੀਬ੍ਰੇਟ ਕਰੀਏ ਠੀਕ ਹੈ ਆ ਗੰਦੇ ਗੰਦ ਪੈ ਗਿਆ ਤੈਨੂੰ ਮੈਂ ਦਿਖਾਉਂਦਾ ਸਿਸਟਮ ਹੈਂਗ ਹੋ ਗਿਆ ਸਾਰਾ ਇਹ ਆ ਦੇਖੋ ਝਾੜੂ ਲਾਉਣਾ ਪੈਣਾ ਨਹੀਂ ਹੁਣ ਜੁੱਤੀਆਂ ਪੱਕੀਆਂ ਏ ਬਾਕੀ ਬਾਈ ਫਿਰ ਤੋਂ ਸਾਰਿਆਂ ਦਾ ਇੱਕ ਵਾਰ ਤੇ ਫਿਰ ਜੇ ਤੈ ਦਿਲੋਂ ਕਹਿੰਦੇ ਕਿਸੇ ਨਹੀਂ ਕਰਦੇ ਹੈਗੇ ਐਂਕਰ ਜੇ ਕਈ ਕਰਦੇ ਬਾਈ ਜੀ ਤੈ ਦਿਲੋਂ ਸ਼ੁਕਰਗੁਜ਼ਾਰ ਹਾਂ ਹਨਾ ਸੋ ਬਾਈ ਸਾਰਿਆਂ ਦਾ ਫਿਰ ਤੋਂ ਧੰਨਵਾਦ ਬਹੁਤ ਬਹੁਤ ਠੀਕ ਹੈ ਤੁਸੀਂ ਇੰਨੀ ਸਪੋਰਟ ਕਰੀ ਠੀਕ ਹੈ ਅੱਗੇ ਵੀ ਕਰਦੇ ਰਹੋ ਬਾਕੀ ਆਕਣਾ ਹੀ ਆਪਾਂ ਨੇ ਕੰਮ ਖਿੱਚ ਕੇ ਰੱਖਣਾ ਬਾਕੀ ਲਵ ਯੂ ਬਾਈ ਸਾਰਿਆਂ ਨੂੰ ਆਹ ਕੁਛ ਕਰਨਾ ਪੈਂਦਾ ਬਾਈ ਕੰਮ ਕਰਨੇ ਤੋਂ ਬਾਅਦ ਜੇ ਕਿਸੇ ਨੂੰ ਪਤਾ ਨਾ ਲੱਗਣ ਲੱਗਾ ਹੋਵੇ ਇਹ ਝਾੜੂ ਵੀ ਲੈਣਾ ਪੈਂਦਾ ਆ ਆਪੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਬਾਈ ਵੈਲਕਮ ਬੈਕ ਹੈ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਅੱਜ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਤੁਸੀਂ ਸਾਰਿਆਂ ਨੇ 5000 ਸਬਸਕ੍ਰਾਈਬਰ ਆਪਣੇ ਕੰਪਲੀਟ ਕਰਵਾਤੇ ਚੈਨਲ ਤੇ ਬਾਈ ਗੱਲ ਯਾਦ ਆਉਂਦੀ ਹੈ ਮੈਨੂੰ ਵੀ ਗੱਲ 500 ਦੀ ਹੋਈ ਸੀ ਕਿਸੇ ਟਾਈਮ ਮੈਂ ਕਹੇ ਕਰਦਾ ਵੀ 500 ਸਬਸਕ੍ਰਾਈਬਰ ਕਰਾ ਦੂ ਅੱਜ ਜਾਂ ਕੱਲ ਹਨਾ ਤੇ ਅੱਜ 5000 ਤੱਕ ਪਹੁੰਚ ਗਏ ਬਾਕੀ 50000 ਤੱਕ ਵੀ ਪਹੁੰਚੂਗੇ ਤੇ ਬਾਈ 5000 ਸਬਸਕ੍ਰਾਈਬਰ ਹੋਣ ਦੀ ਖੁਸ਼ੀ ਦੇ ਵਿੱਚ ਅੱਜ ਆਪਾਂ ਮੋਟਰਸਾਈਕਲ ਦੀ ਨਾ ਟੈਂਕੀ ਤੇ ਟੇਪ ਕਰਾਉਣੀ ਹੈ ਨਵੀਂ ਐਨ ਮਤਲਬ ਘੈਂਟ ਜੀ ਟੇਪ ਕਰਾਉਣੀ ਹੈ ਸਾਰਾ ਕੁਛ ਉਤਰਵਾ ਕੇ ਨਾ ਸਾਈਡ ਸੂਟ ਤੇ A to Z ਤਾਰ ਕੇ ਹੁਣੇ ਤਾਰ ਦੇਣੀ ਆਪਾਂ ਨੇ ਕਰਵਾ ਬਾਅਦ ਚੋਂ ਲਿਆਉਂਗੇ ਐਨ ਚੰਗੀ ਤਰ੍ਹਾਂ ਟੇਪ ਟੂਪ ਜੀ ਤਾਰ ਕੇ ਬਾਕੀ ਆਪਾਂ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਠੀਕ ਹੈ ਵੀ ਕਿਵੇਂ ਦਾ ਆਪਾਂ ਟੇਪ ਕਰਵਾਉਣੀ ਹੈ ਉੱਪਰ ਸਟicker ਸਟੁਕਰ ਜੀ ਬਣਵਾਉਂਗੇ ਬਾਕੀ ਪਹਿਲਾਂ ਟੇਪ ਤਾਰੀਏ ਸਭ ਤੋਂ ਪਹਿਲਾਂ ਤੇ ਬਾਈ ਧੁੱਪੇ ਮੈਂ ਤਾਂ ਖੜਾਇਆ ਹੋਤਾ ਇਹਨੂੰ ਵੀ ਜਿਹੜੀ ਟੇਪ ਜੀ ਹੈ ਨਾ ਖਾਸੀ ਪੁਰਾਣੀ ਹੋਈ ਵੀ ਆ ਮਤਲਬ ਕਿ ਇਹਨੂੰ ਹੋ ਗਏ 6-7 ਸਾਲ ਪੁਰਾਣੀ ਹੋ ਚੱਲੇ ਵੀ ਤਾਂ ਕਿ ਪੇਂਟ ਨਾ ਖਰਾਬ ਹੋਵੇ ਐਨ ਚੰਗੀ ਤਰ੍ਹਾਂ ਉੱਤਰ ਜਾਵੇ ਹੁਣ ਤਾਰੀਏ ਤਾਰੇ ਹੁਣ ਇਹ ਨਾ ਵਧੀਆ ਉੱਤਰਦੀ ਹੈ ਜਿਹੜੇ ਉੱਪਰ ਤੇ ਘਰੂਟੀ ਮਾਰੇ ਹੋਏ ਨਾ ਦੇਖੋ ਨਵੀਂ ਪਈ ਹੈ ਟੈਂਕੀ ਥੱਲੇ ਜਾਣਾ ਚੀਜ਼ ਬਣਾਈਏ ਖੜਾ ਇੱਕ ਮਿੰਟ ਅੱਗੇ ਤੇ ਬਣਾਈ ਅੱਖ ਜੀ ਨਾ ਆਵੇ ਯਾਰ ਇਹ ਸਾਲੀ ਕੁਛ ਨਹੀਂ ਪਤਾ ਲੱਗ ਰਿਹਾ ਪੂਰੇ ਤੇ ਬਣਾ ਦੇ ਇਹ ਤਾਂ ਉਰੇ ਉਹ ਵੱਜ ਗਿਆ ਸਲਾ ਛੇੜ ਹੈ ਤਾਂ ਆ ਇਹ ਤਾਂ ਗ੍ਰੈਂਡਰ ਮਾਰਦੇ ਮਾਰਦੇ ਤਾਂ ਹੋ ਗਿਆ ਤਾਂ ਕੰਮ ਇਹਦਾ ਟੈਂਕੀ ਪਰ ਵੱਜ ਗਿਆ ਤਾਂ ਆਟੋ ਜਾਂ ਸਲੀਏ ਲੋ ਤੁਹਾਨੂੰ ਗੱਲ ਸੁਣਾ ਸਰਫ ਲਿਆ ਸਰਫ ਕਾ ਨੂੰ ਪੈਟਰੋਲ ਨਾਲ ਉਤਰ ਰਿਆ ਦੇਖਿਆ ਨਾ ਪੈਟਰੋਲ ਨਾਲ ਉਤਰ ਵੀ ਐਨ ਉਤਰ ਰਹੀ ਪੈਟਰੋਲ ਨਾਲ ਪਹਿਲਾਂ ਦੇਖ ਮੰਗ ਤੇ ਨਹੀਂ ਉਰੇ ਸਰਫ ਲਾ ਕੇ ਨਾ ਹੀ ਛੱਡ ਦੇ ਆਪੇ ਉਤਰ ਆਣਾ ਸੀਟ ਖੋਲਣੀ ਪੈਣੀ ਤੁਹਾਨੂੰ ਸੀਟ ਉੱਥੇ ਖਲਵਾ ਲੈਣੀ ਜਦ ਕਰਨੀ ਉਹਨਾਂ ਨੇ ਟੇੜੀ ਲੱਗੀ ਵੀ ਆ ਨਾ ਉਹ ਬਹੁਤ ਆ ਵੀ ਬਹੁਤ ਜ਼ਿਆਦਾ ਇੱਧਰ ਤੇ ਛੱਲ ਵੀ ਜਾ ਵੀ ਤਾਰ ਦੇਣਾ ਇਹ ਉਹ ਵੀ ਤਾਰਨਾ ਨਵੀਂ ਭਾਈਆਂ ਤਾਰੀਆਂ ਪੱਟੀ ਇਹ ਦਿਖਾਇਆ ਨਹੀਂ ਤਾਂ ਆਪਾਂ ਲੋਕਾਂ ਨੂੰ ਹੈ ਪੱਟੀਆਂ ਆ ਤਾਂ ਦਿਖਾਇਆ ਨਹੀਂ ਤਾਂ ਲੋਕਾਂ ਨੂੰ ਵੀ ਨੀਚੇ ਗਾ ਇਹ ਤਾਂ ਕੱਟ ਹੋ ਜੂਗੇ ਇੰਨੇ ਇੰਨੇ ਚੀਜ਼ਾਂ ਹਨਾ ਉਰੇ ਲਵਾਉਂਗਾ ਗਿਆ ਦੇਖਦੇ ਹੁਣ ਥੱਲੇ ਹੈ ਕਿਆ ਇਹ ਪਹਿਲਾਂ ਤਾਂ ਦੇਖੀਏ ਮੈਨੂੰ ਵੀ ਨਹੀਂ ਪਤਾ ਸਲਾ ਭੁੱਲ ਭੱਲ ਲੱਗੇ ਕਿਆ ਕੁਛ ਤਾਂ ਇਹ ਥੱਲੇ ਡੈਂਟ ਖਾਸਾ ਪਟੇ ਹੁਣ ਦੇਖੀ ਫਿਰ ਆ ਵੀ ਇਹਨਾਂ ਡਬਲ ਟੇਪ ਆ ਦੇਖ ਇਹ ਆ ਦੇਖ ਆ ਟੇਪ ਕਰਾਣੀ ਆਪਾਂ ਨੇ ਮੈਟ ਆ ਮੈਟ ਹੈ ਇਹ ਆੜੀ ਮੈਟ ਕਰਾਉਣੀ ਹੈ ਸ਼ਾਈਨ ਚ ਕਰਾ ਯਾਰ ਉਹ ਸ਼ਾਈਨ ਚ ਫਿਰ ਇਹ ਜੀ ਹੋਊਗੀ ਸ਼ਾਈਨ ਚ ਸ਼ਾਈਨ ਚ ਸ਼ਾਈਨ ਵਧੀਆ ਲੱਗਦਾ ਸ਼ਾਈਨ ਚ ਐ ਚਿੱਟਾ ਬਣਦਾ ਡਾਰਾ ਸਲਾ ਚਲ ਮੈਟ ਕਰਾ ਦੇ ਆ ਦੇਖੀ ਹੁਣ ਐਵੇਂ ਮਿੱਤਰੋ ਥੱਲੇ ਉਹ ਡੈਂਟ ਪਿਆ ਵਾ ਏ ਵੱਜਾ ਡੈਂਟ ਪਿਆ ਵਾ ਇਹ ਬਾਈ ਇਹ ਨਾ ਉਹਦੇ ਨਾਲ ਵੱਜਾ ਦਾ ਥੱਲੇ ਗਿਰ ਗਿਆ ਦਾ ਇਹ ਟੈਂਕੀ ਫੇ ਉਹ ਠੀਕ ਹੈ ਡੈਂਟ ਤਾਂ ਹੈ ਨਹੀਂ ਇਹਨਾਂ ਡੈਂਟ ਨਹੀਂ ਹੈਗਾ ਆ ਥੋੜਾ ਸਕ੍ਰੈਚ ਹੀ ਪਿਆ ਬਸ ਜਿਵੇਂ ਕੜਾ ਵੱਜਿਆ ਹੁੰਦਾ ਦੱਬ ਕੇ
ਸਕਰੇ ਇਸੇ ਟਾਈਮ ਆ ਵੀ ਬਣਵਾਇਆ ਤਾਂ ਸ਼ੈਲਬੀ ਦਾ ਉਹ ਲਾਣਾ ਤਾਂ ਨਹੀਂ ਉਹ ਠੀਕ ਪਿਆ ਜਮੀ ਗੱਡੀ ਦੇ ਉਹਦੇ ਪਰ ਪਟਾ ਸਾਰਾ ਸਾਫ ਕਰ ਲਿਆ ਉਹਰੇ ਤੇ ਉੱਥੇ ਪਤਾ ਕਿ ਰੀਜ ਨਹੀਂ ਹੁੰਦੀ ਹੈਗੀ ਉਹ ਯਾਰ ਉਹਨਾਂ ਨੇ ਦੱਦ ਜੀ ਵੱਢ ਦੇਣੀ ਆਪਾਂ ਉਹਰੇ ਤੇ ਮੜੀ ਸਫਾਈ ਆ ਚੰਗੀ ਤਰ੍ਹਾਂ ਆ ਦਿਖਾਈ ਸਾਈਡ ਪਰ ਤੇ ਦਿਖਾ ਕਿਆ ਦੇਖ ਹੌਲੀ ਤਾੜੀ ਹੌਲੀ ਕਿਤੇ ਸਾਡਾ ਸਟਿੱਕਰ ਖਰਾਬ ਕਰ ਦੇਵੀ ਤਾੜਦੇ 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 ਜਾਣਦੇ ਜਾਣਦੇ ਕਮਾਲ ਮਾਰਿਆ ਵਾ ਆ ਵੀ ਸਟਿੱਕਰ ਖਰਾਬ ਹੋਵੇ ਤਾਂ ਕਰਾਈ ਤੀ ਇਹ ਹੁਣ ਦਿਖਾ ਕੇ ਬਣ ਗਈ ਉਹ ਐਵੇਂ ਜ਼ਿਆਦਾ ਖਤਰਨਾਕ ਲੱਗ ਰਿਹਾ ਆ ਦੇਖ ਸਟਿੱਕਰ ਚਮਕਦਾ ਯਾਰ ਸਫਾਈ ਕਰ ਪੈਟਰੋਲ ਮਾਰ ਇਹਨੂੰ ਐ ਚੰਗੀ ਤਰ੍ਹਾਂ ਧੋ ਧੂ ਲੈ ਇਹਨੂੰ ਕਰਾ ਦਿੰਦੇ ਆ ਸ਼ੈਲਬੀ ਦੀ ਬੈਚਿੰਗ ਫੜੀ ਮਾੜਾ ਇੱਕ ਮਿੰਟ 8 ਮਾਡਲ ਸ਼ੈਲਬੀ ਨੀ ਗਾਣਾ ਦੇਖ ਕੇ ਲਵਾਈ ਤੀ ਅਸੀਂ ਨੇ 66 ਮਾਡਲ ਸ਼ੈਲਬੀ ਨੀ ਰੇਲੀ ਬਿੱਲੋ ਅੱਜ ਚਮਕਾਤੀ ਚਮਕਾਤੀ ਯਾਰ ਤੂੰ ਸਟਿੱਕਰ ਗੱਲ ਤਾਂ ਪੱਟ ਚਮਕਾਤੀ ਚਮਕਾਤੀ ਰਿਪੋਰਟ ਵੀ ਪਈ ਜਮੀ ਸ਼ੈਲਬੀ ਦੀ ਉਰੇ ਲਵਾਤੀ ਨਹੀਂ ਆਹ ਚੀਜ਼ ਘੈਂਟ ਲੱਗਦੀ ਵੈਸੇ ਮੈਂ ਕਹਿੰਦਾ ਬਣਵਾ ਨਾ ਲਈਏ ਹੁਣ ਪੈਟਰੋਲ ਨਾਲ ਨਾ ਇਹਦੀ ਸਫਾਈ ਕਰਨੀ ਪੈਣੀ ਕਿਉਂਕਿ ਇਹਦੇ ਪਰ ਚੇੜ ਜੀ ਲੱਗੀ ਵੀ ਹੈ ਪੈਟਰੋਲ ਕੇ ਸਾਥ ਬਿਲਕੁਲ ਸਾਫ਼ ਹੋ ਜਾਏਗੀ ਹੁਣ ਦੇਖਿਓ ਹੁੰਦੀ ਸਾਫ਼ ਐਨ ਸਾਫ਼ ਕਰ ਦੇਣੀ ਇਹਨੇ ਪੈਟਰੋਲ ਨੇ ਹੋ ਗਈ ਸਾਫ਼ ਅਤੇ ਬਾਈ ਅੱਜ ਦਾ ਵਲੌਗ ਮਤਲਬ ਕਿ ਆਊਟ ਆਫ ਟਾਈਮ ਜਾ ਰਿਹਾ ਮਤਲਬ ਕਿ 10 ਮਿੰਟ ਤੋਂ ਉੱਪਰ ਜਾ ਰਿਹਾ ਤਾਂ ਠੀਕ ਹੈ ਤਾਂ ਕਰਕੇ ਬਾਈ ਆਪਾਂ ਮੋਟਰਸਾਈਕਲ ਦੀ ਹਜੇ ਉਹ ਕਰਵਾਉਣ ਨਹੀਂ ਗਏ ਹੈਗੇ ਟੇਪਿੰਗ ਟੂਪਿੰਗ ਜੀ ਹੁੰਦੀ ਹੈ ਜਿਹੜੀ ਠੀਕ ਹੈ ਟੈਂਕੀ ਦੀ ਟੇਪ ਕਰਾਉਣੀ ਹੈ ਉਵੇਂ ਦਾ ਹੀ ਉਵੇਂ ਖੜ੍ਹਾ ਮੋਟਰਸਾਈਕਲ ਬਾਕੀ ਕਮੈਂਟ ਕਰਕੇ ਦੱਸਿਓ ਵੀ ਸਟਿੱਕਰ ਕਿਵੇਂ ਦਾ ਬਣਾਇਆ ਜਾਵੇ ਮੇਰਾ ਵੀਰ ਆਹ ਚੀਜ਼ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਬਾਕੀ ਕੰਗਰੈਚੁਲੇਸ਼ਨ ਉਹ ਵੀ ਲਿਖ ਦਿਓ ਬਾਕੀ ਨਾਲ ਕਮੈਂਟ ਜ਼ਰੂਰ ਕਰ ਦਿਓ ਵੀ ਟੈਂਕੀ 'ਤੇ ਕਿਆ ਬਣਾਇਆ ਜਾਵੇ ਠੀਕ ਹੈ ਬਾਕੀ ਅੱਜ ਸਵੇਰੇ ਬਾਈ ਅੱਖ ਤੁਹਾਨੂੰ ਮਾੜਾ ਜਿਹਾ ਔੜ ਜੀ ਲੱਗ ਰਹੀ ਹੋਣੀ ਵੀਡੀਓ ਦੇ ਵਿੱਚ ਉਹ ਅੱਖ 'ਚ ਤਾਂ ਕਰਕੇ ਮੱਛਰਿਆ ਪੈ ਗਿਆ ਤਾਂ ਸਵੇਰੇ ਸਵੇਰੇ ਤਾਂ ਕਰਕੇ ਅੱਖ 'ਚ ਸਵੈਲਿੰਗ ਆ ਗਈ ਤੀ ਬਾਕੀ ਹੁਣ ਸੈੱਟ ਹੈ ਬਾਕੀ ਮੇਰਾ ਵੀਰੇ ਇੱਕ ਚੀਜ਼ ਕਮੈਂਟ ਜ਼ਰੂਰ ਕਰਿਓ ਅਗਲੇ ਵੀਡੀਓ ਦੇ ਵਿੱਚ ਮਤਲਬ ਕਿ ਆਊਗਾ ਟੈਂਕੀ ਟੂੰਕੀ ਦੀ ਟੇਪ ਟੂਪ ਜੀ ਆਪਾਂ ਹਨਾ ਵਲੌਗ ਬਣਾਉਂਗੇ ਐਨ ਪੂਰਾ ਐਨ ਡਿੱਟੋ ਮਤਲਬ ਕਿ ਟੈਂਕੀ ਹੁਣ ਅੱਤ ਕਰਾਉਣੀ ਜਿਵੇਂ ਟੈਂਕੀ ਵਾਲੀ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਕਿਆ ਚੀਜ਼ ਬਣਾਈ ਜਾਵੇ ਠੀਕ ਹੈ ਜੀ ਬੰਬ ਬੂੰਬ ਜੇ ਤਾਂ ਐਂ ਰੱਖਿਆ ਜਿਵੇਂ ਦੀਵਾਲੀ ਹੁੰਦੀ ਹੈ ਹੈ ਦੀਵਾਲੀ ਉਹ ਸਮਝ ਅੱਜ ਕਿਆ ਚੱਕਰ ਮਿੰਟ ਅੱਜ ਚੱਕਰ ਮਿੰਟ ਤੁਹਾਨੂੰ ਦਿਖਾਉਂਦੇ ਆ ਸਿਸਟਮ ਕਿਆ ਹੋਇਆ ਵਾ ਕਿਆ ਹੋ ਗਿਆ ਉਹਦੇ ਪਿੱਛੇ ਦੇਖਾ ਕਰਨ ਲੱਗਿਆ ਵਾ ਇਹ ਬੈਠਾ ਅੱਗ ਲੱਗ ਜਾਣੀ ਯਾਰ ਤੂੰ ਫੜ ਉੱਪਰ ਨੂੰ ਚੱਕ ਯਾਰ ਏਡਾ ਥੱਲੇ ਹਾਂ ਹਾਂ ਫੜ ਫੜ ਹਾਂ ਮੈਂ ਫੜ ਓ ਯਾਰ ਕੀ ਹੋ ਗਿਆ ਪਾੜ ਦੇਣਾ ਇਹਨੇ ਅੱਗ ਲਾ ਲੈਣੀ ਮੇਰੇ ਤੇ ਦੂਆ ਨਹੀਂ ਲਿਆ ਜਾਣਾ ਮੈਂ ਪਹਿਲਾਂ ਦੱਸਤਾ ਚੱਲ ਓਏ ਉਹ ਦੁਬਾਰੇ ਤਾਂ ਆ ਰਿਹਾ ਵੀ ਵੀਡੀਓ ਨਹੀਂ ਵਧੀਆ ਬਣੀ ਸੀ ਪਹਿਲਾਂ ਮਿੱਤਰੋ ਲੰਘ ਗਿਆ ਉਹ ਲੰਘਿਆ ਲੁੰਘਿਆ ਨੀ ਹੈਗਾ ਹਾਂ ਨਾ ਬਲੌਗ ਬਣਿਆ ਨਾ ਰੀਲ ਬਣੀ ਕੈਮਰਾ ਹੀ ਹੋਈ ਗਿਆ ਲੇਟ ਉੜਿਆ ਕਹਿੰਦੇ ਚੱਲ ਕੋਈ ਨਾ ਉਹਦੇ ਕਿੱਥੇ ਪਹੁੰਚ ਗਿਆ ਉਹ ਐਂ ਲੱਗਦਾ ਨਾ ਸੂਰਜ ਹੁੰਦਾ ਜਿਵੇਂ ਸਾਨੂੰ ਲੱਗ ਜਾਣੀ ਅੱਗ ਉਹਦੇ ਲੱਗ ਗਈ ਚੱਲ ਗੋਲ ਲੱਗ ਗਿਆ
ਬਾਰੀ ਆ ਗਈ ਬੰਬਾਂ ਦੀ ਬੰਬ ਆ ਗਿਆ ਓਏ ਇੰਨਾ ਗੈਪ ਪਾ ਦੇ ਮੜਾ ਆ ਦੇਖ ਉਹ ਆ ਕੇ ਗੈਪ ਪਾ ਦੇ ਯਾਰ ਫਿਰ ਜਾ ਹੁਣ ਤੂੰ ਦੇਖਦਾ ਜਾਏਂ ਇਕੱਠਿਆਂ ਨੂੰ ਲਾ ਨਹੀਂ ਅੱਗ ਹੈ ਹੋਰ ਭੱਜ ਲਿਓ ਬਸ ਮੂੰਹ ਕਿਸੇ ਦਾ ਮੈਂ ਦੂਰ ਜਾ ਕੇ ਖੜ ਜਾ ਇੱਕ ਮਿੰਟ ਅੱਗ ਲਾ ਦੀ ਕਿਸੇ ਦੀ ਬਾਹ ਕਿਸੇ ਦੀ ਓਏ ਆ ਤਾਰ ਦੇਖੀ ਕਿਸੇ ਤਾਰ ਦੀ ਕਿਸੇ ਮੈਂ ਲਾ ਕੇ ਆ ਜਾ ਲਾਇਆ ਅੱਗ ਲਾ ਦੇ ਲਾ ਦੇ ਲਾ ਦੇ ਅੱਗ ਲਾ ਦੇ ਮੂੰਹ ਆ ਜਾ ਪਿੱਛੇ ਕਰ ਲੈ ਇਧਰ ਨੂੰ ਮੂੰਹ ਆ ਜਾ लो जी मित्रों अज का व्लॉग इतें एंड करते हैं जो व्लॉग वधिया लगा तो चैनल में सबसक्राइब जरूर कर लियो बाकी मिलता है हूँ 10,000 से।